ਜਿੱਥੇ ਸਾਡੀ ਮੂਵਮੈਂਟ ਨੇ ਖਾਲਸਤਾਨ ਦਾ ਨਿਸ਼ਾਨਾ ਮਿੱਥ ਕੇ ਪੰਥਕ ਕਮੇਟੀ ਜਾਂ ਜੁਝਾਰੂ ਜਿੱਥੇ ਬੰਦੀਆਂ ਅੱਗੇ ਵਧੀਆਂ ਉੱਥੇ ਇੰਨੇ ਵੱਡੇ ਪੈਮਾਨੇ ਦੇ ਉੱਤੇ ਬਲੈਕ ਕੈਟਸ ਜਿਹੜੀਆਂ ਨੇ ਉਹ ਸਾਡੀ ਮੂਵਮੈਂਟ 'ਚ ਵਾਰਤੀਆਂ ਗਈਆਂ ਦਰਬਾਰ ਸਾਹਿਬ ਤੇ ਉਹਨਾਂ ਦਾ ਕਬਜ਼ਾ ਹੋ ਜਾਂਦਾ ਹੈ ਬਾਹਰ ਫੱਟਾ ਬਾਬਾ ਬਾਨੂ ਚਾਲਦੇ ਨਾਂ ਦਾ ਹੀ ਹੈ ਪੰਜ ਮੈਂਬਰੀ ਪੰਥਕ ਕਮੇਟੀ ਜਾਂ ਜਗੀਰ ਸਿੰਘ ਉਹਨਾਂ ਦਾ ਸਪੋਕਸਮੈਨ ਹੈ ਜਾਂ ਉੱਥੇ ਨਿਰਵੈਰ ਸਿੰਘ ਬੈਠਾ ਹੈ ਜਾਂ ਦੂਜੇ ਨੇ لیکن حقیقت ایسی کہ 85 90% ਜਿਹੜੇ ਨੇ ਉਹ ਏਜੰਸੀਆਂ ਦੇ ਬੰਦੇ ਅੰਦਰ ਬੈਠੇ ਲੋਕਾਂ ਨੂੰ ਚਿੱਠੀ ਲਿਖਦੇ ਸੀ ਵੀ ਇਨੇ ਪੈਸੇ ਲੈ ਕੇ ਤੁਸੀਂ ਆਓ ਨੂੰ 84 ਦਾ ਰਿਵਰਸ ਕਰਨਾ ਚਾਹੁੰਦੇ ਸੀ ਕਿ ਭਾਈ ਉੱਥੇ ਤਾਂ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ ਇੱਥੇ ਅਸੀਂ ਉਹ ਕ੍ਰੀਏਟ ਕਰੀਏ ਕਿ ਦੇਖੋ ਕਿਵੇਂ ਬਾਹਾਂ ਖੜੀਆਂ ਕਰਕੇ ਬਾਹਰ ਨਿਕਲੇ ਨੇ ਜਾਂ ਦੂਜੇ ਉਹਦੇ ਜੋ ਕਾਮਯਾਬ ਵੀ ਹੋਏ ਜਦੋਂ ਇਹ ਦੁਬਾਰਾ ਹਮਲਾ ਹੁੰਦਾ ਹੈ 88 ਦੇ ਵਿੱਚ ਸナイਪਰ ਆ ਜਾਂਦੇ ਨੇ ਕੇਪੀ ਗਿਲ ਪੰਜਾਬ ਚ ਲਿਆਂਦਾ ਗਿਆ ਸੀ ਈਵਨ ਅੰਮ੍ਰਿਤਸਰ ਵੀ ਕਰਫਿਊ ਨਹੀਂ ਸੀ ਲਾਇਆ ਗਿਆ ਕਿਉਂਕਿ ਇਹਨਾਂ ਬਦਨਾਮ ਕਰਤਾ ਸੀ ਮੂਵਮੈਂਟ ਨੂੰ ਕਿ ਲੋਕਾਂ ਨੂੰ ਲੱਗਦਾ ਸੀ ਕਿ ਵੀ ਇਹ ਇਹ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਮਾਰੋ ਇਹਨਾਂ ਨੂੰ ਖਤਮ ਕਰੋ ਉਹ ਕਹਿੰਦਾ ਜੀ ਕਿ ਮੈਂ ਰਿਕਸ਼ਾ ਚਲਾਉਂਦਾ ਸੀ ਅੰਮ੍ਰਿਤਸਰ ਚ ਔਰ ਮੈਂ ਅੰਦਰ ਜਿਹੜੇ ਬੈਠੇ ਸੀ ਉਹਨਾਂ ਨੂੰ ਇਹ ਦੱਸਦਾ ਸੀ ਉਹਨਾਂ ਨੂੰ ਇਹ ਪ੍ਰਭਾਵ ਸੀ ਕਿ ਵੀ ਮੈਂ ਆਈਐਸਆਈ ਦਾ ਕਰਨਲ ਹੈ ਪਾਕਿਸਤਾਨ ਦੀ ਇੰਟੈਲੀਜੈਂਸ ਇੰਟਰ ਸਰਵਿਸ ਇੰਟੈਲੀਜੈਂਸ ਔਰ ਅਸੀਂ ਤੁਹਾਡੀ ਹੈਲਪ ਕਰਨੀ ਹੈ ਤੁਸੀਂ ਜਦੋਂ ਵੀ ਹੋਏਗਾ ਪਾਕਿਸਤਾਨ ਮੰਨਤਾ ਦੇ ਦੇਗਾ ਇਹ ਉਹ ਤੇ ਉਹਨਾਂ ਨੇ ਮੰਨ ਲਿਆ ਹੋਇਆ ਸੀ ਜਿਹੜੇ ਉਹਦੇ ਚ ਫੜੇ ਗਏ ਸੀ 85 ਜਾਂ 90 ਬੰਦੇ ਅਗਲੇ 6 ਮਹੀਨਿਆਂ ਦੇ ਵਿੱਚ ਵਿੱਚ ਦੋ ਤਿੰਨ ਨੂੰ ਛੱਡ ਕੇ ਸਾਰੇ ਬਾਹਰ ਸੀ ਮੁੜ ਕੇ ਕਦੇ ਕਿਸੇ ਦੇ ਕੋ ਬੰਦੇ ਹੀ ਉਹਨਾਂ ਦੇ ਸੀ ਵਿਅਰਸ ਵੈਲਕਮ ਬੈਕ ਟੂ ਪ੍ਰੋਵੋਸ ਸੋ ਵਿਅਰਸ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤਵਾਲੇ ਸਿੱਖਾਂ ਦੇ ਖਿਲਾਫ ਵਿੱਢੀ ਗਈ ਟੋਟਲ ਵਾਰਵੈਚ ਹੁਣ ਟਰਾਂਸਨੇਸ਼ਨਲ ਰਿਪਰੈਸ਼ਨ ਦੀ ਖਾਸ ਚਰਚਾ ਹੋ ਰਹੀ ਹੈ ਜਿਸ ਦਾ ਸਰਗਨਾ ਸੇਕਲਰ ਅਜੀਤ ਡਰੋਵਲ ਹੈ ਸੋ ਯਾਦ ਰੱਖੇ ਇਸ ਅਜੀਤ ਡਰੋਵਲ ਦੀ ਅਗਵਾਈ ਹੇਠ 1988 ਵਿੱਚ ਭਾਰਤੀ ਫੌਜ ਨੇ ਆਪਰੇਸ਼ਨ ਬਲੈਕ ਥੰਡਰ 2 ਕੀਤਾ ਸੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂਨ ਇਸੇ ਤਰ੍ਹਾਂ ਬੜੇ ਰਹਿਣਾ ਦਿੱਕਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾ ਅ ਦੇਖੋ ਬਿਸ਼ੱਕ ਅਜੇ ਸਾਰੇ ਪਾਸੇ ਇਵਨ ਕਿਉਂਕਿ ਅੱਜ ਵਾਸ਼ਿੰਗਟਨ ਪੋਸਟ ਨੇ ਆਪਣਾ ਇੱਕ ਐਡੀਟੋਰੀਅਲ ਵੀ ਲਿਖਿਆ ਆਪਣੀ ਕੱਲ ਦੀ ਸਟੋਰੀ ਦੇ ਫੋਲੋਅ ਅਪ ਤੋਂ ਬਾਅਦ ਕਿਉਂਕਿ 11 ਪੇਜ ਦੀ ਸਟੋਰੀ ਜਿਸ ਨੇ ਦੁਨੀਆ ਦਾ ਧਿਆਨ ਖਿੱਚਿਆ ਆਪਣੇ ਵੱਲ ਔਰ ਇਵਨ ਹਾਲਾਂਕਿ ਅਖਬਾਰਾਂ 'ਚ ਤੇ ਕੇ ਕੋਈ ਸ਼ਬਦ ਹੈ ਲੇਕਿਨ ਇਹਦਾ ਵਾਸ਼ਿੰਗਟਨ ਪੋਸਟ ਦਾ ਆਪਣਾ ਇੰਪੈਕਟ ਇਨਾ ਜ਼ਿਆਦਾ ਹੈ ਕਿ ਭਾਰਤ ਨੇ ਬੇਸ਼ੱਕ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਇਸ ਨੂੰ ਝੂਠੀ ਝੂਠੀ ਔਰ ਅਨਸਬਸਟੈਂਸ਼ੀਏਟਿਡ ਇਸ ਕਿਸਮ ਦੇ ਲਫਜ਼ਾਂ ਦੇ ਨਾਲ ਕੰਡੈਮ ਕੀਤਾ ਪਰ ਆਪਣੇ ਆਪ ਚ ਉਹਨਾਂ ਵੱਲੋਂ ਸਰਕਾਰੀ ਲੈਵਲ ਦੇ ਉੱਤੇ ਇਸ ਨੂੰ ਨੈਗੇਟ ਕਰਨਾ ਦੱਸਦਾ ਹੈ ਕਿ ਵੀ ਇਸ ਦਾ ਇੰਪੈਕਟ ਕੀ ਹੈ ਹਾਲਾਂ ਇਸ ਦੇ ਉਲਟ ਮੋਦੀ ਨੇ ਆਪਣੀ ਇੱਕ ਜਨ ਸਭਾ ਦੇ ਵਿੱਚ بڑے ਫਖਰ ਦੇ ਨਾਲ ਇਸ ਨੂੰ ਔਨ ਕੀਤਾ ਕਿ ਘਰ ਵਿੱਚ ਘੁਸਕੇ ਮਾਰਾ ਅਸੀਂ ਇਹ ਕਹਿੰਦੇ ਸੀ ਅਸੀਂ ਕੋਈ ਡੋਸੀਅਰ ਨਹੀਂ ਦਿੱਤੇ دہشت گردਾਂ ਦੇ ਖਿਲਾਫ ਜਿਵੇਂ ਪ੍ਰੀਵਿਅਸ ਗਵਰਨਮੈਂਟ ਦੰਦੀ ਸੀ ਪਾਕਿਸਤਾਨ ਨੂੰ ਜਾਂ ਦੂਜੇ ਅਸੀਂ ਬੀਜੇਪੀ ਭਾਰਤ ਇਹ ਵਹੀ ਕਰਦਾ ਹੈ ਬੀਜੇਪੀ ਦੇ ਥੱਲੇ ਸੋ ਇਹ ਅਸੀਂ ਜ਼ਿਕਰ ਕਰਾਂਗੇ ਕਿਉਂਕਿ ਇਸ ਵੜੇ ਇਹ ਸਾਨੂੰ ਇਸ ਸ਼ਬਦ ਦੇ ਜਿਹੜੀਆਂ ਨੇ ਨਵਾਂਸਸ ਦੇਖਣ ਸਮਝਣ ਦੀ ਲੋੜ ਹੈ ਕੱਲ ਜਿਵੇਂ ਅਸੀਂ ਵਾਸ਼ਿੰਗਟਨ ਪੋਸਟ ਦੀ ਸਟੋਰੀ ਨੂੰ ਜਿਹੜਾ ਆਲਮੋਸਟ ਤਿੰਨ ਹਿੱਸਿਆਂ ਦੇ ਵਿੱਚ ਉਸ ਦੇ ਅਡੜ ਆਸਪੈਕਟਸ ਤੇ ਗੱਲ ਕੀਤੀ ਜਿਨ੍ਹਾਂ ਨੇ ਕੱਲ ਲਾਈਵ ਦੇਖਿਆ ਬਹੁਤ ਸਾਰੀਆਂ ਕਾਲਾਂ ਜਾਂ ਮੈਸੇਜਸ ਵੀ ਆਏ ਉਹਨਾਂ ਨੇ ਐਪਰੀਸ਼ੀਏਟ ਕੀਤਾ ਅਫਸੋਸ ਕਿ ਸਾਡੀ ਟੈਕਨੀਕਲ ਟੀਮ ਦੀ ਨਾਇਲੀ ਕਰਕੇ ਉਸ ਤੇ ਜਿਹੜੇ ਸੈਗਮੈਂਟ ਮਿਡ ਨਾਈਟ ਅਪਲੋਡ ਹੁੰਦੇ ਨੇ ਉਹ ਨਹੀਂ ਹੋਏ ਨਤੀਜੇ ਦੇ ਤੌਰ ਤੇ ਅੱਜ ਦੁਪਹਿਰੋਂ ਬਾਅਦ ਤੱਕ ਮੈਨੂੰ ਲਗਾਤਾਰ ਕਾਲਾਂ ਔਰ ਮੈਸੇਜਸ ਰਹੇ ਕਿ ਜੀ ਅਸੀਂ ਤਾਂ ਵੇਟ ਕਰਦੇ ਆ ਕਿਉਂਕਿ ਅੱਜ ਦਾ ਜਿਹੜਾ ਫਾਲੋਅ ਅਪ ਐਡੀਟੋਰੀਅਲ ਆਇਆ ਵਾਸ਼ਿੰਗਟਨ ਪੋਸਟ ਦਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਅਮ ਯੂਐਸ ਇਸ ਡੀਲਿੰਗ ਇੰਡੀਆ ਵਿਦ ਕਿਡ ਗਲਵਜ਼ ਔਰ ਐਕਚੁਅਲੀ ਮੈਨੂੰ ਕਿਸੇ ਨੇ ਕਿਹਾ ਜੀ ਕਿ ਤੁਹਾਡਾ ਇਸ ਪ੍ਰੋਗਰਾਮ ਨੂੰ ਵਾਸ਼ਿੰਗਟਨ ਪੋਸਟ ਵਾਲੇ ਵੀ ਦੇਖਦੇ ਨੇ ਮੈਂ ਕਿਹਾ ਕਹਿੰਦੇ ਜੀ ਤੁਹਾਡਾ ਜਿਹੜਾ ਤੁਸੀਂ ਇਹਦੇ ਤੇ ਜ਼ਿਕਰ ਕੀਤਾ ਤੁਸੀਂ ਐਗਜ਼ੈਕਟ ਟਰਮ ਹੀ ਯੂਜ਼ ਕੀਤੀ ਸੀ ਕਿ ਵੀ ਨੀਡ ਆਇਰਨ ਫਿਸਟ ਦੀ ਹੈ ਲੋਹੇ ਦੀ ਦੀ ਜਿਹੜੀ ਹੈ ਉਹ ਮੁਠੀ ਹੋਣੀ ਚਾਹੀਦੀ ਹੈ ਇਹ ਤਾਂ ਕਿਡ ਗਲਵ ਨੇ ਪਰ ਮੈਂ ਕਈ ਵਾਰ ਦੇਖਦਾ ਹਾਂ ਜਦੋਂ ਚੰਗਾ ਕੰਮ ਕੋਈ ਕਰਦਾ ਹੈ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਪਰ ਮੈਨੂੰ ਲੱਗਦਾ ਹੈ ਕਈ ਵਾਰੀ ਆਪਣਿਆਂ ਨੂੰ ਹੀ ਅਹਿਸਾਸ ਨਹੀਂ ਹੁੰਦਾ ਹਾਲਾਂਕਿ ਮੈਨੂੰ ਕੱਲ ਹੀ ਜਦੋਂ ਇਹ ਸਟੋਰੀ ਆਰਕਲ ਸਾਰਾ ਦਿਨ ਮੈਂ ਇਸ ਦੇ ਉੱਤੇ ਹੀ ਗੁਜ਼ਾਰਿਆ ਸਾਰਿਆਂ ਦੇ ਨੂੰ ਮੈਨੂੰ ਸੀ ਕਿ ਵੀ ਇਹ ਇਨਵੈਸਟਿਗੇਟਿਵ ਸਟੋਰੀ ਆਫ ਦਾ ਈਅਰ ਹੈ ਨਾ ਬਹੁਤਿਆਂ ਨੂੰ ਤਾਂ ਲੱਗਾ ਕਿ ਜੀ ਉਹਦਾ ਬਿਕਰਮ ਯਾਦਵ ਦਾ ਨਾਂ ਆ ਗਿਆ ਜਾਂ ਸਮੰਤ ਗੋਇਲ ਦਾ ਆ ਗਿਆ ਇਹ ਯਾਦਵ ਨਾ ਹੁੰਦਾ ਕੋਈ ਰਾਣਾ ਹੁੰਦਾ ਰਾਣਾ ਨਾ ਹੁੰਦਾ ਕੋਈ ਸ਼ਰਮਾ ਹੁੰਦਾ ਇਹ ਕੋਈ ਇਨਾ ਇੰਪੋਰਟੈਂਟ ਨਹੀਂ ਹੈ ਸਭ ਤੋਂ ਇੰਪੋਰਟੈਂਟ ਜਿਹੜਾ ਟੇਕ ਅਵੇ ਸੀ ਟੇਕ ਹੋਮ ਔਰ ਜਿਹਨੂੰ ਅੱਜ ਵਾਸ਼ਿੰਗਟਨ ਪੋਸਟ ਨੇ ਜਿਸ ਦੇ ਉੱਤੇ ਇਹਨਾਂ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਉਹ ਕਰੜੇ ਹੱਥੀ ਲਿਆ ਕਿ ਵੀ ਇੰਨਾ ਵੱਡਾ ਆਪਰੇਸ਼ਨ ਆਹ ਡਿਟੇਲਸ ਤੁਹਾਡੇ ਕੋਲ ਨੇ ਜੂਨ ਮਹੀਨੇ ਦੀਆਂ ਨੇ ਤੁਸੀਂ ਇਹ ਵੀ ਨਹੀਂ ਡੇਅਰ ਕੀਤਾ ਕਿ ਵੀ ਤੁਸੀਂ ਇਨਡਾਈਕਮੈਂਟ ਦੇ ਵਿੱਚ ਉਹਦਾ ਨਾਮ ਲਓ ਔਰ ਜਿਹੜਾ ਨੀਤੀ ਤੁਸੀਂ ਦੂਸਰਿਆਂ ਪ੍ਰਤੀ ਰੱਖਦੇ ਹੋ ਰੂਸ ਚੀਨ ਦੂਸਰੀ ਇੰਡੀਆ ਦੇ ਨਾਲ ਤੁਸੀਂ ਕਿੱਡ ਗਲਵਜ਼ ਨਾਲ ਕਿਉਂ ਖੇਡ ਰਹੇ ਹੋ ਔਰ ਇਹੀ ਸਾਡਾ ਇੱਕ ਇੰਡੀਪੈਂਡੈਂਟ ਸੈਗਮੈਂਟ ਹੈ ਇਹ ਸੀ ਕਿ ਵੀ ਯੂ ਐਸ ਨੂੰ ਜਿਹੜਾ ਆਇਰਨ ਫਿਸ ਦੀ ਲੋੜ ਹੈ ਨਾ ਆਕੇ ਕ੍ਰਿਕਟ ਗਲਵਜ਼ ਦੇ ਹੁਣ ਕਿਉਂਕਿ ਅਜੀਤ ਡੋਵਰ ਉਹਦੇ ਚ ਦੋ ਚੀਜ਼ਾਂ ਬੜੀਆਂ ਜਿਹੜੀਆਂ ਸਾਡੇ ਸਮਝਵਾੜੀਆਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੀ ਇਹ ਸਟੋਰੀ ਜਿਹੜੀ ਕਿ ਜ਼ਾਹਰ ਹੈ ਕਿ ਭਈ 7 ਤੋਂ ਜ਼ਿਆਦਾ ਜਰਨਲਿਸਟ ਨੇ 3 ਲੀਡ ਜਰਨਲਿਸਟ ਨੇ 4 ਕੰਟਰੀਬਿਊਟਿੰਗ ਜਰਨਲਿਸਟ ਨੇ ਉਹਨਾਂ ਨੇ ਰਾ ਦੇ ਜਿਹੜਾ ਵਰਕਿੰਗ ਪੈਟਰਨ ਹੈ ਕੱਲਾ ਸਿਰਫ ਅਮਰੀਕਾ ਚ ਕਿਉਂਕਿ ਹੁਣ ਤੱਕ ਅਸੀਂ ਇੰਟਰਨੈਸ਼ਨਲ ਲੈਵਲ ਤੇ ਜਦੋਂ ਦੇਖਦੇ ਹਾਂ ਕਿ ਕੈਨੇਡਾ ਅਮਰੀਕਾ ਦੀ ਸਟੋਰੀ ਨੂੰ ਤਾਂ ਉਹ ਟੁਗੇਦਰ ਕਰ ਲਿਆ ਸੀ ਕਿਉਂਕਿ ਹਰਦੀਪ ਸਿੰਘ ਨਿਜਰ ਔਰ ਗੁਰਪਤਵਨ ਸਿੰਘ ਪਰ ਨੂੰ ਮਰਡਰ ਪਲੋਟ ਜੇ ਉਸੇ ਲਈ ਚਾਜਾ ਜਾਂਦਾ ਸੀ ਲੇਕਿਨ ਕਿਸੇ ਨੇ ਵੀ ਪਹਿਲਾਂ ਕਿ ਇੰਟਰਨੈਸ਼ਨਲੀ ਪਿਛਲੇ ਆਲਮੋਸਟ 4 ਸਾਲ ਤੋਂ ਹੀ ਔਰ ਈਵਨ ਜਦੋਂ ਵਾਸ਼ਿੰਗਟਨ ਪੋਸਟ ਨੇ 2014-15 ਦੀ ਗੱਲ ਮੋਦੀ ਦੇ ਆਣ ਤੋਂ ਬਾਅਦ ਉਹੀ ਪੀਰੀਅਡ ਹੈ ਜਦੋਂ ਅਜੀਤ ਡੋਵਲ ਜਿਹੜਾ 2004-5 ਚ ਰਿਟਾਇਰ ਹੁੰਦਾ ਉਹ ਮੋਦੀ ਦੀ ਕੈਬਨਿਟ ਦੇ ਵਿੱਚ ਕੈਬਨਿਟ ਰੈਂਕ ਹੈ ਕੱਲਾ ਉਹ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨਹੀਂ ਹੈ ਉਹਦੇ ਕੋਲ ਕੈਬਨਿਟ ਰੈਂਕ ਹੈ ਔਰ ਅਸੀਂ ਇਹ ਦੇਖਦੇ ਆਂ ਵੀ ਕੱਲਾ ਉਹ ਵਿਦੇਣ এজੰਸੀਆਂ ਹੁਣ ਜੇ ਅਮਰੀਕਾ 'ਚ ਜੂਨ ਦੇ ਮਹੀਨੇ ਮੋਦੀ ਦਾ ਦੌਰਾ ਸੀ ਤੇ ਉਸ ਤੋਂ ਪਹਿਲਾਂ ਜਿਹੜੀ ਉਹਦੀ ਸਾਰੀ ਵਿਜ਼ਿਟ ਦਾ ਜਾਂ ਦੂਜਾ ਪਲੈਨਿੰਗ ਆ ਜੀਤ ਡਾਵਲ ਦੀ ਹੈ ਔਰ ਮੈਨ ਇਸ ਮੈਂ ਉਹ ਇਕਨੋਮਿਕ ਟਾਈਮਜ਼ ਦੀ ਜਿਹੜੀ ਆ ਉਹ ਨਿਊਜ਼ ਕੱਢੀ ਹੈ ਜੂਨ 16 2023 ਦੀ ਇਸ ਦਾ ਇਕਨੋਮਿਕ ਟਾਈਮਜ਼ ਨਿਊਜ਼ how nsa ajit dawal prepared the ground for pm modi's landmark us visit hun eh jadon assi eh sare nu dekh rahe hain ke eh ajit dawal jada intelligence bureau cho retire hoya aur ida key role reha hai intelligence bureau de vich dooja kyunke ik hor intelligence bureau chief jada hun cancer naal mar gaya baad ch us to pehla ohne ik kitab open secrets maloye tar ohne likhi ਹੁਣ ਮਲੋਏ ਧਰ ਨੇ ਜਦੋਂ ਉਹਦੇ ਚ ਓਪਨ ਸਿਕਰੈਟਸ ਦੇ ਵਿੱਚ ਬਹੁਤ ਸਾਰੇ ਭੇਦ ਖੋਲੇ ਉਹਦੇ ਉੱਤੇ ਕੇਸ ਵੀ ਬਣ ਗਿਆ ਸੀ ਲੇਕਿਨ ਉਹ ਕੈਂਸਰ ਨਾਲ ਪੀੜਤ ਸੀ ਗਿਆ ਹੀ ਨਹੀਂ ਉੱਥੇ ਜਾਂ ਟਰਾਈ ਨਹੀਂ ਹੋਇਆ ਉਹਨੇ ਅਜੀਤ ਡਾਵਲ ਜਿਹੜਾ ਖੁਦ ਇੰਟੈਲੀਜੈਂਸ ਬਿਊਰੋ ਚੋਂ ਆਇਆ ਹੋਇਆ ਸੀ ਔਰ ਰਿਟਾਇਰਮੈਂਟ ਤੋਂ ਬਾਅਦ ਕਿਵੇਂ ਇਸ ਨੂੰ ਵੀ ਵਿਵਨ ਕੀਤਾ ਗਿਆ ਪਹਿਲਾਂ ਨੈਸ਼ਨਲ ਸਿਕਿਉਰਿਟੀ ਦਿਨਾਂ ਥੱਲੇ ਫਿਰ ਹੌਲੀ 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 ਕਿਸ ਰੈਂਕ ਤੱਕ ਇਹ ਪਹੁੰਚਿਆ ਕਿ ਅੱਜ ਇਹ ਕਹਿਣਾ ਹੋਏ ਕਿ ਬਈ ਜਿਹੜਾ ਟ੍ਰਾਇਓ ਪਾਰਦ ਨੂੰ ਰਨ ਕਰ ਰਿਹਾ ਮੋਦੀ ਅਮਿਤ ਸ਼ਾਹ ਔਰ ਅਜੀਤ ਡਾਵਲ ਔਰ ਇਹ ਗੜਵਾਲੀ ਨਸਲ ਦਾ ਅਜੀਤ ਡਾਵਲ ਇਹਦਾ ਰੋਲ ਸਿੱਖ ਕਿਲਿੰਗਸ ਦੇ ਵਿੱਚ ਬਹੁਤ ਜ਼ਿਆਦਾ ਹੈ ਇਹੀ ਨਹੀਂ ਕਿ ਹੁਣ ਇਹ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜੀ ਆਲ ਆਫ ਅ ਸਡਨ ਆ ਗਿਆ ਇਹ ਪੰਜਾਬ ਦੇ ਵਿੱਚ ਹੁੰਦੇ ਆ ਜਿਹੜਾ ਆਪਰੇਸ਼ਨ ਬਲੈਕ ਥੰਡਰ 2 ਜਿਹੜਾ 1988 ਦੇ ਵਿੱਚ ਜਿਹੜਾ ਹੁੰਦਾ ਹੈ ਜਿਹਦੇ ਚ ਕਿ ਇਹਨਾਂ ਦੀ ਔਰ ਇਹ ਨਹੀਂ ਹੈ ਕਿ ਵੀ ਉਹਨੇ ਉਹ ਹੈ ਹੀ ਇਹਨਾਂ ਦਾ ਆਪਰੇਸ਼ਨ ਸੀ ਸੋ ਕਾਲਡ ਕਿਉਂਕਿ ਇਹਨਾਂ ਨੇ ਹੀ ਆਪਣੇ ਏਜੰਸੀਆਂ ਦੇ ਬੰਦੇ ਕਿਉਂਕਿ ਅਸੀਂ ਅੱਜ ਜ਼ਿਕਰ ਕਰਕੇ ਹਟੇ ਆ ਕਿ 30 ਤਰੀਕ ਨੂੰ ਇਹਨਾਂ ਨੇ ਜਿਹੜਾ 30 ਅਪ੍ਰੈਲ 1986 ਨੂੰ ਆਪਣੀ ਕਮਾਂਡੋ ਭੇਜੇ ਪਰ ਉਹਦੇ ਚ ਕੋਈ ਪਬਲਿਸਿਟੀ ਜਾਂ ਦੂਜੀ ਹਾਂ ਜੂਨ 84 ਦੀ ਜਸਟੀਫਿਕੇਸ਼ਨ ਕਰ ਲਈ ਕਿ ਜੀ ਠੀਕ ਐ ਜੀ ਭੇਜੇ ਹੁਣ ਇਹ ਉਸੇ ਜੂਨ 84 ਦਾ ਰਿਵਰਸ ਕਰਨਾ ਚਾਹੁੰਦੇ ਸੀ ਕਿ ਭਾਈ ਉੱਥੇ ਤਾਂ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ ਇਥੇ ਅਸੀਂ ਉਹ ਕ੍ਰੀਏਟ ਕਰੀਏ ਕਿ ਦੇਖੋ ਕਿਵੇਂ ਬਾਹਾਂ ਖੜੀਆਂ ਕਰਕੇ ਬਾਹਰ ਨਿਕਲੇ ਨੇ ਜਾਂ ਦੂਜੇ ਔਰ ਉਹਦੇ ਜੋ ਕਾਮਯਾਬ ਵੀ ਹੋਏ ਕਿਉਂਕਿ ਇੱਕ ਪਾਸੇ ਜੂਨ 84 ਚ ਪੰਜਾਬ ਸਾਰਾ ਜਿਹੜਾ ਫੌਜ ਦੇ ਹਵਾਲੇ ਸੀ ਪੈਦਲ ਨਿਕਲਣ ਤਾਂ ਵੀ پابੰਦੀ ਸੀ 1988 ਤੱਕ ਪਹੁੰਚਦੇ ਆ ਕਿਉਂਕਿ 86 ਤੋਂ 88 ਤੱਕ ਅਨਫੋਰਚੂਨੇਟਲੀ ਇੱਕ ਪਾਸੇ ਜਿੱਥੇ ਸਾਡੀ ਮੂਵਮੈਂਟ ਨੇ ਖਾਲਸਤਾਨ ਦਾ ਨਿਸ਼ਾਨਾ ਮਿੱਥ ਕੇ ਪੰਥਕ ਕਮੇਟੀ ਜਾਂ ਜੁਝਾਰੂ ਜਿੱਥੇ ਬੰਦੀਆਂ ਅੱਗੇ ਵਧੀਆਂ ਉੱਥੇ ਇੰਨੇ ਵੱਡੇ ਪੈਮਾਨੇ ਦੇ ਉੱਤੇ ਬਲੈਕ ਕੈਟਸ ਜਿਹੜੀਆਂ ਨੇ ਉਹ ਸਾਡੀ ਮੂਵਮੈਂਟ 'ਚ ਵਾਰਤੀਆਂ ਗਈਆਂ ਦਰਬਾਰ ਸਾਹਿਬ ਤੇ ਉਹਨਾਂ ਦਾ ਕਬਜ਼ਾ ਹੋ ਜਾਂਦਾ ਹੈ ਭਾਵੇਂ ਬਾਹਰ ਫੱਟਾ ਬਾਬਾ ਬਾਨੂ ਚਾਲਦੇ ਨਾਂ ਦਾ ਹੀ ਹੈ ਪੰਜ ਮੈਂਬਰੀ ਪੰਥਕ ਕਮੇਟੀ ਜਾਂ ਜਗੀਰ ਸਿੰਘ ਉਹਨਾਂ ਦਾ ਸਪੋਕਸਮੈਨ ਹੈ ਜਾਂ ਉੱਥੇ ਨਿਰਵੈਰ ਸਿੰਘ ਬੈਠਾ ਹੈ ਜਾਂ ਦੂਜੇ ਨੇ ਲੇਕਿਨ ਹਕੀਕਤ ਇਹ ਸੀ ਕਿ 85 90% ਜਿਹੜੇ ਨੇ ਉਹ ਏਜੰਸੀਆਂ ਦੇ ਬੰਦੇ ਅੰਦਰ ਬੈਠੇ ਉਹਨਾਂ ਆੜੇ ਦਵਾੜੇ ਦੇ ਕਮਰਿਆਂ ਤੇ ਉਹਨਾਂ ਦੇ ਕਬਜ਼ੇ ਸੀ ਲੋਕਾਂ ਨੂੰ ਚਿੱਠੀ ਲਿਖਦੇ ਸੀ ਵੀ ਲੈ ਭਈ ਇੱਥੇ ਤੁਸੀਂ ਜਿਹੜਾ ਐਨੇ ਪੈਸੇ ਲੈ ਕੇ ਤੁਸੀਂ ਆਓ ਉਹ ਨਹੀਂ ਤਾਂ ਇੰਨੀ ਤਰੀਕ ਤੱਕ ਅਸੀਂ ਚੱਕਦੇ ਆ ਉਹ ਸਭ ਏਜੰਸੀਆਂ ਦਾ ਕੰਮ ਉਹਨਾਂ ਦੇ ਥੱਲੇ ਇੱਕ ਦੋ ਉਹਨਾਂ ਦੇ ਨਾਲ ਇੱਥੋਂ ਵੀ ਡਿਫਲੈਕਟ ਹੋਇਆ ਕਿਉਂਕਿ ਮੈਨੂੰ ਇਸ ਦਾ ਨਿੱਜੀ ਤਜਰਬਾ ਵੀ ਹੈ ਮੈਂ ਇੱਕ ਲੋਕਲ ਡਾਕਟਰ ਜਲੰਧਰ ਦੀ ਬੀਬੀ ਜਿਹੜੀ ਗਾਇਨਕੋਲੋਜਿਸ ਸੀ ਉਹਦਾ ਹਸਪੀਟਲ ਔਰ ਜਿੱਕ ਚੰਗਾ ਪਰਵਾ ਉਹਨੂੰ ਵੀ ਚਿੱਠੀ ਆਈ ਜਿਹਦੇ ਆਈ ਜਿਹਦੇ ਜਿਹੜਾ ਉਹ ਪ੍ਰੋਮੀਨੇਟ ਲਾਡ ਸੀ ਔਰ ਉਹ ਵਿਚਾਰੀ ਨੇ ਹੁਣ ਤੁਸੀਂ ਉਹਦੇ ਹਸਬੰਡ ਦੀ ਡੈਥ ਹੋ ਚੁੱਕੀ ਸੀ ਤੇ ਉਹਨੂੰ ਕੀ ਕਰਨਾ ਸੀ ਸੋ ਮੈਂ ਉਹਨਾਂ ਦੀ ਪਹੁੰਚ ਦੇ ਥੱਲੇ ਅਸੀਂ ਵੀ ਲੱਭਿਆ ਵੀ ਕਿ ਉਹਨੂੰ ਲੈ ਕੇ ਜਾ ਕੇ ਗੱਲ ਕਰੀਏ ਬਾਅਦ ਚ ਪਤਾ ਲੱਗਾ ਵੀ ਜਿਹਦਾ ਨਾਮ ਵਰਤਿਆ ਹੋਇਆ ਉਹ ਤਾਂ ਹੈ ਨਹੀਂ ਜਾਲੀ ਕਿਸਮ ਦਾ ਔਰ ਹੈ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਸੋ ਮੈਂ ਇਸ ਲਈ ਕਹਿ ਆ ਵੀ ਇੱਕ ਫੈਕਟ ਹੈ ਕਿ ਇਸ ਹੱਦ ਤੱਕ ਬਦਰਾਹ ਮੂਵਮੈਂਟ ਨੂੰ ਕਰ ਦਿੱਤਾ ਗਿਆ ਸੀ ਔਰ ਇਹ ਅਜੀਤ ਡੋਵਲ ਦਾ ਮਾਸਟਰਮਾਈਂਡ ਸੀ ਕਿ ਜਦੋਂ ਇਹ ਦੁਬਾਰਾ ਹਮਲਾ ਹੁੰਦਾ 88 ਦੇ ਵਿੱਚ ਸナイਪਰ ਆ ਜਾਂਦੇ ਨੇ ਕੇਪੀ ਗਿਲ ਪੰਜਾਬ ਚ ਲਿਆਂਦਾ ਗਿਆ ਸੀ ਇਵਨ ਅੰਮ੍ਰਿਤਸਰ ਜੂ ਵੀ ਕਰਫਿਊ ਨਹੀਂ ਸੀ ਲਾਇਆ ਗਿਆ ਕਿਉਂਕਿ ਇਨਾ ਬਦਨਾਮ ਕਰਤਾ ਸੀ ਮੂਵਮੈਂਟ ਨੂੰ ਕਿ ਲੋਕਾਂ ਨੂੰ ਲੱਗਦਾ ਸੀ ਕਿ ਵੀ ਇਹ ਇਹ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਮਾਰੋ ਇਹਨਾਂ ਨੂੰ ਖਤਮ ਕਰੋ ਇਹ ਦੂਜਾ ਤੀਜਾ ਕਰੋ ਔਰ ਇਸ ਹੱਦ ਤੱਕ ਵੀ ਔਰ ਕੱਲਾ ਇਹ ਹੀ ਨਹੀਂ ਹੈ ਇੱਕ ਸਟੇਜ ਤੇ ਜਦੋਂ ਅੰਦਰ ਇਹ ਕੋਈ ਚੱਲ ਰਹਾ ਹਾਂ ਅਨਫੋਰਚੂਨੇਟਲੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਪੰਥ ਕਮੇਟੀ ਸੀ ਬਿਲਕੁਲ ਇੱਕ ਸਟੇਜ ਦੇ ਉੱਤੇ ਈਵਨ ਜਿਹੜੇ ਦੂਸਰੇ ਪਾਸੇ ਜਰਨਲ ਸੀ ਖਾਲਸਤਾਨ ਕਮਾਂਡੋ ਫੋਰਸ ਜਾਂ ਦੂਜਿਆਂ ਦੇ ਉਹਨਾਂ ਨੂੰ ਪਤਾ ਉਹਨਾਂ ਨੇ ਇੱਕ ਸਟੇਜ ਤੇ ਪਲਾਨ ਵੀ ਕੀਤਾ ਹੈ ਕਿ ਵੀ ਅੰਦਰ ਇਹਨਾਂ ਨੂੰ ਕਰਦੇ ਆ ਨਾ ਸਾਰਿਆਂ ਦਾ ਕੰਮ ਜਿਹੜੇ ਇਹਨਾਂ ਦੇ ਬਿਠਾਇਆ ਹੋਏ ਨੇ ਹੁਣ ਉਦੋਂ ਜਿੰਦਾ ਸੁੱਖਾ ਜਿਹੜੇ ਵਿਚਾਰੇ ਬੜੇ ਬੈਲੈਂਸਡ ਇੱਕ ਅਪਰੋਚ ਵਾਲੇ ਸੀ ਉਹਨਾਂ ਨੂੰ ਇਹ ਕਿਹਾ ਕਿ ਵੀ ਜੀ ਇਹ ਮਾੜਾ ਲੱਗੇਗਾ ਵੀ ਇਹ ਸਿੱਖਾਂ ਨੇ ਸਿੱਖ ਮਾਏ ਤਾਂ ਦੂਜੇ ਪਾਸੇ ਲੈ ਜਾਣਗੇ ਕਿ ਦੇਖੋ ਜੀ ਦਰਬਾਰ ਸਾਹਿਬ ਦੇ ਅੰਦਰ ਉਹ ਹਟਾਤਾ ਹਾਲਾ ਮੈਨੂੰ ਕਈ ਵਾਰੀ ਲੱਗਦਾ ਵੀ ਜੇ ਇਹ ਹੋ ਜਾਂਦਾ ਤੇ ਘੱਟੋ ਘਾਟੇ ਜਿਵੇਂ ਬਲੈਕ ਥੰਡਰ ਦਾ ਕਲੰਕ ਕਰਾ ਨੇ ਜਦੋਂ ਇਹਨਾਂ ਨੇ ਸੋ ਕਾਲਡ ਬਲੈਕ ਥੰਡਰ 2 ਕੀਤਾ ਅਜੀਤ ਗੋਵਾਲ ਦੀ ਕਮਾਂਡ ਥੱਲੇ ਔਰ ਇਹ ਉਹਨੇ ਖੁਦ ਆਪਣੇ ਇੰਟਰਵਿਊਸ ਚ ਕਿਹਾ ਮੇਰੇ ਕੋ ਮੈਂ ਕਿੰਨੇ ਆਰਟੀਕਲ ਕੱਢੇ ਹੋਏ ਨੇ ਜੋ ਉਹਨੇ ਕਿਹਾ ਕਿ ਜੀ ਮੈਂ ਉੱਥੇ ਜਿਹੜਾ ਪਹੁੰਚ ਗਿਆ ਔਰ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਉਹਦੀਆਂ ਕੁਝ ਪਿਕਚਰ ਜਦੋਂ ਕਿ ਯੰਗ ਹੈ ਰਜੀਵ ਗਾਂਧੀ ਦੇ ਨਾਲ ਇੰਟੈਲੀਜੈਂਸ ਬਿਊਰੋ ਦੇ ਵਿੱਚ ਦੂਜੇ ਤੀਜੇ ਔਰ ਉਹ ਕਹਿੰਦਾ ਜੀ ਕਿ ਮੈਂ ਰਿਕਸ਼ਾ ਚਲਾਉਂਦਾ ਸੀ ਅੰਮ੍ਰਿਤਸਰ ਚ ਔਰ ਮੈਂ ਅੰਦਰ ਜਿਹੜੇ ਬੈਠੇ ਸੀ ਉਹਨਾਂ ਨੂੰ ਇਹ ਦੱਸਦਾ ਸੀ ਉਹਨਾਂ ਨੂੰ ਇਹ ਪ੍ਰਭਾਵ ਸੀ ਕਿ ਵੀ ਮੈਂ ਆਈਐਸਆਈ ਦਾ ਕਰਨਲ ਹੈ ਪਾਕਿਸਤਾਨ ਦੀ ਇੰਟੈਲੀਜੈਂਸ ਇੰਟਰ ਸਰਵਿਸ ਇੰਟੈਲੀਜੈਂਸ ਔਰ ਅਸੀਂ ਤੁਹਾਡੀ ਹੈਲਪ ਕਰ ਰਹੇ ਹਾਂ ਤੁਸੀਂ ਜਦੋਂ ਹੀ ਹੋਏਗਾ ਪਾਕਿਸਤਾਨ ਮਾਨਤਾ ਦੇ ਦੇਗਾ ਇਹ ਉਹ ਤੇ ਉਹਨਾਂ ਨੇ ਮੰਨ ਲਿਆ ਹੋਇਆ ਸੀ ਔਰ ਇਵੇਂ ਜਿਹੜਾ ਮੈਂ ਦਿਨੇ ਮੈਂ ਰਿਕਸ਼ਾ ਚਲਾਉਂਦਾ ਸੀ ਆਪਣਾ ਉਹ ਪੇਖ ਬਦਲ ਕੇ ਔਰ ਇਹ ਉਹ ਇਸ ਕਿਸਮ ਸਭ ਨੌਨਸੈਂਸ ਲੇਕਿਨ ਇਹਦੇ ਕਿਉਂਕਿ ਸੋ ਕਾਲਡ ਆਪਰੇਸ਼ਨ ਹੈ ਹੀ ਇਹਨਾਂ ਦਾ ਬਾਰਿੰਗ 5-7 ਦੇ ਜਿਹੜੇ ਜਿਹੜੇ ਵਿਚਾਰੇ ਉਹ ਪਾਈ ਕਾਰਸਿੰਘ ਖੰਦੇ ਸੀ ਜਿਹੜਾ ਫੌਜ ਦੇ ਵਿੱਚ ਬੌਕਸਰ ਸੀ ਜਾਂ ਦੂਜੇ ਉਹ ਸ਼ਹੀਦ ਹੋਇਆ ਜਾਂ ਪਾਈ ਸੁਰਜੀਤ ਸਿੰਘ ਪੈਂਟਾ ਸੀ ਅਰ ਜਨਰਲ ਸਿੰਘ ਜੰਦਰ ਦਾ ਭਨੇਵਾ ਜਾਂ ਦੋ ਚਾਰ ਪੰਜ ਹੋਰ ਹੋਣਗੇ ਜਿਨ੍ਹਾਂ ਨੇ ਰੈਜ਼ਿਸਟ ਵੀ ਕੀਤਾ ਔਰ ਅਦਰਵਾਈਜ਼ ਜਿਹੜੇ ਉਹਦੇ ਚੋਂ ਫੜੇ ਗਏ ਸੀ 85 ਜਾਂ 90 ਬੰਦੇ ਅਗਲੇ 6 ਮਹੀਨਿਆਂ ਦੇ ਵਿੱਚ ਵਿੱਚ ਦੋ ਤਿੰਨ ਨੂੰ ਛੱਡ ਕੇ ਸਾਰੇ ਬਾਹਰ ਸੀ ਮੁੜ ਕੇ ਕਦੇ ਕਿਸੇ ਨੇ ਕੋ ਕੋ ਬੰਦੇ ਹੀ ਉਹਨਾਂ ਦੇ ਸੀ ਕਿਉਂਕਿ ਇਹ ਜਿਹੜਾ ਪੀਰੀਅਡ 86 ਤੋਂ 88 ਤੱਕ ਜਿਹਨੂੰ ਅਸੀਂ ਕਲਪ ਨਹੀਂ ਸਕੇ ਪ੍ਰੋਪਰਲੀ ਜਾਂ ਲੀਡਰਸ਼ਿਪ ਕਮਾਂਡ ਨਹੀਂ ਕਰ ਸਕੀ ਸੋ ਕਈ ਵਾਰ ਇਹ ਹੁੰਦਾ ਜੀ ਜੇ ਉਹ ਪੰਥਕ ਕਮੇਟੀ ਸੀ ਦੁਬਾਰਾ ਪੰਥਕ ਕਮੇਟੀ ਦੀ ਲੋਡ ਕਿਉਂ ਪਈ 4000 ਜਥੇ ਬੰਦੀਆਂ ਦਬਾ ਇਹ ਉਹਦਾ ਅਸੀਂ ਹੁਣ ਹਰ ਗੱਲ ਨਹੀਂ ਡਿਸਕਸ ਕਰ ਸਕਦੇ ਇਹ ਉਹਦਾ ਇੱਕ ਰੀਜ਼ਨ ਸੀ ਵੱਡਾ ਕਿ ਭਈ ਇਸ ਹੱਦ ਤੱਕ ਔਰ ਮੈਨੂੰ ਯਾਦ ਹੈ ਕਿ ਜਦੋਂ ਮੈਂ ਲੇਟ 80ਸ ਦੇ ਵਿੱਚ ਅਮਰੀਕਾ ਦੇ ਵਿੱਚ ਆਇਆ ਇਨੀ ਜ਼ਿਆਦਾ ਨੈਗੇਟਿਵਿਟੀ ਸੀ ਕਿਉਂਕਿ ਇਨਾ ਕ ਬਦਨਾਮ ਕਰ ਦਿੱਤਾ ਸਰਕਾਰ ਨੇ ਏਜੰਸੀਆਂ ਨੇ ਔਰ ਇਹ ਇਹਨਾਂ ਸਾਰਿਆਂ ਨੇ ਰਲ ਕੇ ਮਾਸਟਰਮਾਈਂਡ ਕੀਤਾ ਇਵਨ ਮਲੋਏ ਧਾਰ ਖੁਦ ਇੰਟੈਲੀਜੈਂਸ ਬਿਊਰੋ ਸੀ ਅਜੀਤ ਡਾਵਲ ਇੰਟੈਲੀਜੈਂਸ ਬਿਊਰੋ ਦੇ ਵਿੱਚ ਸੀ ਔਰ ਬਾਅਦ ਦੇ ਵਿੱਚ ਮੋਦੀ ਦਾ ਜਦੋਂ 2014 ਚ ਪਾਵਰ 'ਚ ਆਇਆ ਤੇ ਅੱਜ ਅਜੀਤ ਡਾਵਲ ਕਿਸ ਰੈਂਕ ਤੱਕ ਪਹੁੰਚ ਗਿਆ ਇਨ ਫੈਕਟ ਡਿਸੀਜਨ ਮੇਕਿੰਗ ਔਰ ਇਹ ਸਾਰੀ ਜਿਹੜੀ ਐਗਰੈਸਿਵ ਆਫੈਂਸਿਵ ਲਾਈਨ ਲਈ ਔਰ ਇਹ ਕਿਲਿੰਗ ਸੁਪਰੀ 2 ਸਾਲ ਤੋਂ ਜਿਹੜੀ ਸ਼ੋ ਇਹ ਅਜੀਤ ਡਰਾਵਲ ਦਾ ਮਾਸਟਰਮਾਈਂਡ ਹੈ ਔਰ ਵਿਦ ਦਾ ਕਨਸੈਂਟ ਆਫ ਮੋਦੀ ਹੈ ਇਹਨੇ ਕਿਉਂਕਿ ਇਹਨਾਂ ਦੀਆਂ ਕਮਜ਼ੋਰੀਆਂ ਵੀ ਉਹਨਾਂ ਦੇ ਜੜੀਆਂ ਇੰਟੈਲੀਜੈਂਸ ਦਾ ਸਿਸਟਮ ਹੁੰਦਾ ਇਵੇਂ ਹੀ ਕੰਮ ਕਰਦਾ ਹੁੰਦਾ ਕਿ ਵੀ ਇੱਕ ਵਾਰ ਤੁਹਾਡੇ ਹੁਣ ਅੱਜ ਪੰਜਾਬ ਦੇ ਬਹੁਤ ਸਾਰੇ ਜੀ ਫਲਾਨਾ ਭਾਜਪੀ ਚਲਾ ਗਿਆ ਇਧਰੋਂ ਟਾ ਉਹ ਅੰਦਰ ਵੜ ਕੇ ਫਾਈਲ ਦਿਖਾ ਦਿੰਦੇ ਨੇ ਵੀ ਆਹ ਹੈ ਤੇਰਾ ਹਾਲ ਪਈ ਦੱਸ ਤੂੰ ਕੀ ਕਰਨਾ ਹੈ ਹੁਣ ਈਵਨ ਕਿਸ ਹਾਦ ਤੱਕ ਅਜੀਤ ਡਰਾਵਲ ਲੀਡ ਹੁਣ ਜੇ ਮੋਦੀ ਨੇ ਅਮਰੀਕਾ ਆਣਾ ਹੈ ਇਹ ਤਾਂ ਜੇ ਉਹਨਾਂ ਦਾ ਫੋਰਨ ਸੈਕਟਰੀ ਆ ਕੇ ਕਲੀਅਰ ਡੈਕ ਕਰਦਾ ਸਮਝ ਆ ਸਕਦੀ ਹੈ ਜੇ ਉਹਨਾਂ ਦਾ ਇੰਵੈਸਟਰ ਜਿਹੜਾ ਅਮਰੀਕਾ ਦਾ ਵਿਦਨ ਜਿਹੜਾ ਇੰਡੀਆ ਦਾ ਅਮਰੀਕਾ ਚ ਉਹ ਸਮਝ ਆ ਹੁਣ ਇਕਨੋਮਿਕ ਟਾਈਮਜ਼ 2014 ਦੀ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜਾ ਹਾਊ ਐਨਐਸਏ ਅਜੀਤ ਧਾਵਲ ਪ੍ਰਪੇਅਰਡ ਦਾ ਗਰਾਉਂਡ ਫਾਰ ਪੀਐਮ ਮੋਦੀਜ਼ ਲੈਂਡਮਾਰਕ ਯੂਐਸ ਵਿਜ਼ਿਟ ਸੋ ਅਜੀਤ ਧਾਵਲਜ਼ ਰੋਲ ਮੀਅਰ ਇੱਕ ਕਿਲਰ ਜਿਹੜਾ ਉਹ ਇੰਟੈਲੀਜੈਂਸ ਫੈਲੋ ਵਾਲਾ ਹੀ ਨਹੀਂ ਹੈ ਉਹ ਪੂਰਾ ਇੱਕ ਗੰਦਾ ਰੋਲ politcal arena ਚ ਹੋਈ অর ਅਦਰਵਾਈਜ਼ ਵੀ ਪਲੇ ਕਰ ਰਿਹਾ ਹੈ ਜੀ ਔਰ ਉਹਨਾਂ ਨੇ ਇਹ ਕਿਹਾ ਕਿ ਭਈ ਇਹ ਜਿਹੜਾ ਵੈਨ ਨਰਿੰਦਰ ਮੋਦੀ ਬਕੇਮ ਦਾ ਪ੍ਰਾਈਮ ਮਿਨਿਸਟਰ ਇਨ 2014 ਇਟ ਇਸ ਸੈਡ ਦ ਫਰਸਟ ਫਾਈਲ ਮੋਦੀਸ ਪ੍ਰਿੰਸੀਪਲ ਸੈਕਟਰੀ ਟੁਕ ਟੂ ਹਿਮ ਫॉर ਸਾਈਨਿੰਗ ਵਾਸ ਆਫ ਅਜੀਤ ਡਾਵਲਜ਼ ਅਪੁਆਇੰਟਮੈਂਟ ਐਜ਼ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਉਨੇ ਤਾਂ ਕੋਈ ਭਲੇ ਖਾ ਨਹੀਂ ਰਹਿ ਗਿਆ ਵੀ ਮੋਦੀ ਔਰ ਡੋਵਲ ਦੀ ਕੀ ਰਿਲੇਸ਼ਨਸ਼ਿਪ ਹੈ ਕਿ ਜਦੋਂ ਮੋਦੀ ਔਰ ਇਕਨੋਮਿਕ ਟਾਈਮਜ਼ ਦੀ ਖਬਰ ਨਿਊਜ਼ ਹੈ ਕਿ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਉਹਦਾ ਪੀਏ ਜਿਹੜੀ ਪਹਿਲੀ ਫਾਈਲ ਲੈ ਕੇ ਗਿਆ ਜਿਹਦੇ ਤੇ ਮੋਦੀ ਨੇ ਦਸਕਤ ਕੀਤੀ ਉਹ ਸੀ ਕਿ ਅਜੀਤ ਡੋਵਲ ਨੂੰ ਜਿਹੜਾ ਉਹ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਬਣਾਇਆ ਜਾਏ ਐਵਰ ਸਿንስ ਡੋਵਲ ਹੈਜ਼ ਬੀਨ ਮੋਦੀਜ਼ ਰਾਈਟ ਹੈਂਡ ਮੈਨ ਰਾਈਟ ਹੈਂਡ ਨਹੀਂ ਉਹ ਹੱਥ ਪੈਰ ਮੂੰਹ ਨੱਕ ਗੰਦਾ ਅਕਲ ਦਿਮਾਗ ਸਭ ਮੋਦੀ ਦਾ ਅਜੀਤ ਡੋਵਲ ਹੀ ਹੈ ਅੱਛਾ ਔਰ ਉਹਨੇ ਕਿਹਾ ਨੋ ਵੰਡਰ ਮੋਦੀ ਗੇਵ ਡੋਵਲ ਦਾ ਕ੍ਰਿਟੀਕਲ ਅਸਾਈਨਮੈਂਟ ਆਫ 네ਗੋਸ਼ੀਏਟਿੰਗ ਵਿਦ ਯੂਐਸ ਅ ਲੈਂਡਮਾਰਕ ਐਗਰੀਮੈਂਟ ਦੈਟ ਇਜ਼ ਸੈਟ ਟੂ ਰੈਵੋਲੂਸ਼ਨਾਈਜ਼ ਇੰਡੀਆ ਯੂਐਸ ਟਾਈਜ਼ ਵਿਚ ਹੈਜ਼ ਬੀਨ ਮਾਰਕਡ ਬਾਈ ਡਾਊਟਸ ਐਂਡ ਡਿਦਰਿੰਗ ਇਵਨ ਲੌਂਗ ਆਫਟਰ ਬਾਥ ਦਾ ਕੰਟਰੀਜ਼ ਰੀਅਲਾਈਜ਼ਡ ਦੇ ਆਰ ਦਾ ਰਾਈਟ ਮੈਚ ਇਨ ਸਟ੍ਰੈਟੇਜਿਕ ਐਸ ਵੈਲ ਐਸ ਇਕਨੋਮਿਕ ਟਰਮਸ ਔਰ ਇਹ ਉਹਨਾਂ ਨੇ ਹੁਣ ਇਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਹੁਣ ਕੋਈ ਇਹ ਕਹੇ ਕਿ ਜੀ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਨੂੰ ਮਾਰਨ ਦਾ ਫੈਸਲਾ ਹੈ ਉਹ ਉਹਨੇ ਸਮੰਤ ਗੋਇਲ ਨੇ ਜਿਹੜਾ ਰਾ ਦੇ ਚੀਫ ਦੇ ਤੌਰ ਤੇ ਲਿਆ ਨਹੀਂ ਉਹ ਬਿਲਕੁਲ ਸਾਹ ਵੀ ਨਹੀਂ ਲੈ ਸਕਦੇ ਤੇ ਸਮੰਤ ਗੋਇਲ ਨੇ ਅਜੀਤ ਡੋਵਲ ਦੇ ਬਿੱਡ ਤੇ ਕੀਤਾ ਤੇ ਅਜੀਤ ਡੋਵਲ ਪਲਾਨ ਕਰ ਰਿਹਾ ਤੇ ਮੋਦੀ ਨੂੰ ਪਤਾ ਹੀ ਨਹੀਂ ਹੈ ਵੀ ਕੀ ਹੋਇਆ ਇਹ ਪਾਰਟੀ ਉਦੀ ਕੰਟੀਨਿਊਟੀ ਉਰ ਦਿਲਚਸਪ ਗੱਲ ਇਹ ਹੈ ਵੀ ਕੱਲ ਜਿਹੜਾ ਵਾਸ਼ਿੰਗਟਨ ਪੋਸਟ ਦਾ ਆਰਟੀਕਲ ਸੀ ਉਹਦੇ ਚ ਜੇ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਦੇ ਜਨਾ ਵੀ ਲੋਕਾਂ ਨਾਲ ਇਹਨਾਂ ਦੀ ਗੱਲ ਹੋਈ ਉਹਦੇ ਚ ਜੇ ਕਿਸੇ ਦਾ ਨਾਂ ਦਿੱਤਾ ਗਿਆ ਤੋ ਸਿਰਫ ਇੱਕ ਦਾ ਹੀ ਹੈ ਅਮਰਜੀਤ ਸਿੰਘ ਦੁਲਟ ਹੂੰ ਇਹ ਖੁਦ ਰਾ ਦਾ ਚੀਫ ਸੀ ਹੈ ਸਿਰ ਕਟਿਆ ਸਿੱਖ ਹੈ ਹੁਣ ਇਹ ਪੰਜਾਬ ਦੇ ਵਿੱਚ ਹੀ ਬਠਿੰਡੇ ਕੇ ਕਿੱਥੇ ਇਹਨੇ ਆਪਣੀ ਕੋਠੀ ਪਾਈ ਹੋਈ ਹੈ ਇਹ ਜੰਮੂ ਕਸ਼ਮੀਰ ਦੇ ਵਿੱਚ ਰਾ ਦੇ ਵਿੰਗ ਨੂੰ ਹੈਡ ਕਰਦਾ ਰਿਹਾ ਔਰ ਇਹ ਇੰਟਰਨੈਸ਼ਨਲ ਨਿਊਜ਼ 'ਚ ਵੀ ਇਸ ਲਈ ਰਿਹਾ ਕਿ ਇਹਨੇ ਅਮਰਜੀਤ ਸਿੰਘ ਦੁਲਟ ਜਿਹੜਾ ਖੁਦ ਰਾ ਚੀਫ ਰਿਹਾ ਇਹਨੇ ਪਾਕਿਸਤਾਨ ਦੇ ਆਈਐਸਆਈ ਚੀਫ ਦੁਰਾਨੀ ਉਹਨਾਂ ਦੇ ਨਾਲ ਮਿਲ ਕੇ ਇੱਕ ਕਿਤਾਬ ਵੀ ਲਿਖੀ ਹੋਈ ਹੈ ਕਿ ਭਾਈ ਕਿਵੇਂ ਕੀ ਸਾਂਝਾਂ ਕੀ ਹਾਲਾਂ ਇਹ ਤਾਂ ਆਜ਼ਾਦ ਹੋ ਗੁਮ ਰਿਹਾ ਦੁਲਟ ਲੇਕਿਨ ਉਹ ਜਿਹੜਾ ਦੁਰਾਨੀ ਹੈ ਉਹਦੇ ਤੇ ਕੇਸ ਬਣਿਆ ਹੋਇਆ ਵੀ ਤੂੰ ਜਿਹੜੀ ਹੈ ਉਹ ਬਾਹਰ ਭੇਜਦੀਆਂ ਗੱਲਾਂ ਕੀਤੀਆਂ ਹਾਲਾਂ ਉਹਦੇ 'ਚ ਕੋਈ ਐਸਾ ਕੁਝ ਨਹੀਂ ਹੈ ਉਸ ਕਿਤਾਬ ਹੁਣ واਸ਼ਿੰਗਟਨ ਪੋਸਟ ਇਸ ਆਰਟੀਕਲ ਲਈ ਦੁਲੱਟ ਨੂੰ ਵੀ ਇੰਟਰਵਿਊ ਕਰਦੇ ਐ ਔਰ ਇਹ ਇਹਨੂੰ ਜੇ ਤੁਸੀਂ ਬਿਟਵੀਨ ਦਾ ਲਾਈਨਸ ਵੀ ਦੇਖੋ ਤੇ ਅਦਰਵਾਈਜ਼ ਦੇਖੋਣ ਦੁਲੱਟ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਭਾਈ ਇਹ ਕੀ ਹੈ ਕਿ ਭਈ ਇਹ ਸਾਰੇ ਤੇ ਉਹਦੇ ਤੇ ਉਹਨੇ ਇਸ واਸ਼ਿੰਗਟਨ ਪੋਸਟ ਦੀ ਸੇ ਹੈ ਉਹਨਾਂ ਨੇ ਕਿਹਾ ਕਿ ਭਈ ਫਾਰਮਰ ਇੰਡੀਅਨ ਅਫੀਸ਼ੀਅਲਸ ਹੂ ਨੋ ਬੋਥ men ਸੈਡ ਹੁਣ ਅਜੀਤ ਡਾਵਲ ਨੂੰ ਵੀ ਜਿਹੜਾ ਜਾਣਦਾ ਹੈ ਗੋਇਲ ਨੂੰ ਵੀ ਜਾਣਦਾ ਹੈ ਸੈਡ ਗੋਇਲ ਊਡ ਨਾਟ ਹੈਵ ਪ੍ਰੋਸੀਡਡ ਵਿਦ ਅਸੈਸਿਨੇਸ਼ਨ ਪਲੋਟ ਇਨ ਨਾਰਥ ਅਮਰੀਕਾ ਵਿਦਆਊਟ ਦਾ ਅਪਰੂਵਲ ਆਫ ਹਿਸ ਸਪੀਰੀਅਰ ਐਂਡ ਪ੍ਰੋਟੈਕਟਰ ਹੂੰ ਉਹਦਾ ਸਪੀਰੀਅਰ ਵੀ ਆ ਤੇ ਡਾਵਲ ਹੀ ਇਹਨੂੰ ਸਮੰਤ ਗੋਇਲ ਨੂੰ ਪੰਜਾਬ ਆਈਪੀਐਸ ਕਾਡਰ ਚੋਂ ਕੱਢ ਕੇ ਦਿੱਲੀ ਤੱਕ ਲਗਾਇਆ ਔਰ ਚੀਫ ਬਣਾਇਆ ਵੀ ਉਹ ਅਜੀਤ ਡਾਵਲ ਦੀ ਮਰਜ਼ੀ ਤੋਂ ਬਿਨਾ ਕਰ ਹੀ ਨਹੀਂ ਸਕਦਾ ਫਿਰ ਉਹਨੇ ਡੁਲਟ ਨੂੰ ਇਹ ਕਹਿ ਕੇ ਕੋਰਟ ਕੀਤਾ ਵੀ ਆਲਵੇਜ਼ ਇਡੁਲਟ ਕਹਿ ਰਿਹਾ ਸਾਬਕਾ ਰਾਜ ਚੀਫ ਵੀ ਆਲਵੇਜ਼ ਹੈਡ ਟੂ ਗੋ ਟੂ ਐਨ ਐਸ ਏ ਫਾਰ ਕਲੀਅਰੈਂਸ ਫਾਰ ਐਨੀ ਆਪਰੇਸ਼ਨ ਸੈਡ ਅਮਰਜੀਤ ਸਿੰਘ ਧੁਲਟ ਉਹਨੇ ਕਿਹਾ ਜੀ ਸਿੰਘ ਕੋਈ ਵੀ ਆਪਰੇਸ਼ਨ ਰਾਜ ਚੀਫ ਦੇ ਤੌਰ ਤੇ ਜਿਹੜਾ ਉਹ ਬਿਨਾ ਐਨ ਐਸ ਏ ਦੀ ਅਪਰੂਵਲ ਦੇ ਨਹੀਂ ਹੋ ਸਕਦਾ ਸਾਨੂੰ ਪਹਿਲੇ ਇਹ ਇੱਕ ਰੂਲ ਹੈ ਰੂਲ ਜਿਹੜਾ ਫਾਲੋ ਕੀਤਾ ਜਾਂਦਾ ਵੀ ਆਲਵੇਜ਼ ਹੈਡ ਟੂ ਗੋ ਟੂ ਐਨ ਐਸ ਏ for clearance for any operations said as dulat who served as raw chief in early 2000s referring to the national security adviser dulat emphasized in an interview with the post that he did not have inside knowledge of the alleged operation ganna be mainu nahi pata hai be ye inside jankari di ki hai and that assassinations were not pa part of raw's repertoire during his tenure ਕਿ ਵੀ ਜਦੋਂ ਮੈਂ ਸੀ ਉਦੋਂ ਰਾ ਨੇ ਕੋਈ ਪਲਾਨ ਨਹੀਂ ਕੀਤਾ ਹੈ ਬਾਹਰ ਔਰ ਇਹ ਸ਼ਾਇਦ ਇਹ ਗੱਲ غلط ਨਾ ਹੋਏ ਵਿਦਨ ਤਾਂ ਕੀਤਾ ਉਹਨਾਂ ਨੇ শ্রীলঙ্কা ਦੇ ਵਿੱਚ ਸਿੱਕਮ ਦੇ ਵਿੱਚ ਇਹਨਾਂ ਦੇ ਜਿਹੜੇ ਬੰਗਲਾਦੇਸ਼ ਆਪਰੇਸ਼ਨ ਬਟ ਇਹ ਕਹਿਣਾ ਇਹ ਚਾਹੁੰਦਾ ਵੀ ਵੈਸਟਰਨ ਕੰਟਰੀਜ਼ ਜਾਂ ਦੂਸਰਿਆਂ ਦਾ ਇਵਨ ਵਿਦਨ ਪਾਕਿਸਤਾਨ ਵੀ ਉ ਤਾਂ ਬੰਬ ਜਿਹੜਾ ਬੰਬ ਧਮਾਕੇ ਦੂਜੇ ਤੀਜੇ ਤਾਂ ਕਰਦੇ ਰਹੇ ਨੇ ਬਟ ਇਸ ਲੈਵਲ ਦੀ ਟਾਰਗੇਟ ਕਿਲਿੰਗ ਨਹੀਂ ਸੀ ਜੀ ਔਰ ਇਹ ਯੂਐਸ ਇੰਟੈਲੀਜੈਂਸ ਹੁਣ ਉਹਨੇ ਇਹ ਦੁਲਰਟ ਨੇ ਕਿਹਾ ਕਿ ਵੀ ਇਹ ਹੋ ਨਹੀਂ ਸਾਡੇ ਪੀਰੀਅਡ ਹਰ ਐਕਸ਼ਨ ਜਿਹੜਾ ਇਸ ਲੈਵਲ ਦਾ ਹੈ ਉਹ ਐਨਐਸਏ ਦੀ ਅਪਰੂਵਲ ਦੇ ਨਾਲ ਹੁੰਦਾ ਸੀ ਔਰ ਫਿਰ ਇਹਨੇ ਵਾਸ਼ਿੰਗਟਨ ਪੋਸਟ ਨੇ ਸਟੈਂਪ ਲਾਈ ਹੈ ਯੂਐਸ ਇੰਟੈਲੀਜੈਂਸ ਜਸਟਿਸ ਹੈਵ ਰੀਚਡ ਅ ਸਿਮਿਲਰ ਕਨਕਲੂਜਨ ਕਿ ਜੋ ਗੱਲ ਦੁਲਰਟ ਕਹਿ ਰਿਹਾ ਹੈ ਇਹੀ ਏਜੰਸੀਆਂ ਦਾ ギਵਨ ਦੋਵਲਜ਼ ਰੈਪਿਊਟੇਸ਼ਨ and the hierarchical nature of the indian system cia analysts have assessed that doval probably knew of or approved raaz plan to kill six his government considered terrorists unhe kya ji es cia ne bhi yahi conclude kita hai ji ki ajit doval ne kya unhone maaru six jinna nu woh دہشت گرد samajhde ne aur e ajit doval te modi da relationship ki hai ਉਹ ਇਕਨੋਮਿਕ ਟਾਈਮਜ਼ ਨੇ ਇਹ ਦੱਸ ਦਿੱਤਾ ਹੈ ਕਿ ਮੋਦੀ ਜਦੋਂ ਪ੍ਰਾਈਮ ਮਿਨਿਸਟਰ ਪਹਿਲੀ ਵਾਰ ਬਣਦਾ ਹੈ 2014 ਚ ਪਹਿਲੀ ਫਾਈਲ ਦੇ ਉੱਤੇ ਜਿਹੜਾ ਪਹਿਲਾ ਦਸਕਤ ਉਹਨੇ ਕੀਤਾ ਹੈ ਕਿ ਅਜੀਤ ਡਾਵਲ ਨੂੰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਬਣਾਇਆ ਜਾਏ ਸੋ ਇਹ ਚਿਪ ਆਫ ਦਾ ਡੈਵਲ ਅਜੀਤ ਡਾਵਲ ਔਰ ਅਸੀਂ ਅਜੇ ਇਹ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਕਹਿ ਵੀ ਰਿਹਾ ਹਾਂ ਕਿ ਅਮਰੀਕਾ ਵਾਲੇ ਸੀ ਦੇਖ ਰਹੇ ਹੁਣ ਇਹਨਾਂ ਦੇ ਸਾਹਮਣੇ ਇਹਨਾਂ ਨੇ ਵਾਸ਼ਿੰਗਟਨ ਪੋਸਟ ਰਾ ਇੱਕ ਅੱਛਾ ਜੱਟਾ ਕੀਤਾ ਹੈ ਹੂੰ ਸਾਨੂੰ ਖਾਲਸਾਈ ਅਦਾਲਤਾਂ ਨੂੰ ਸਮਝ ਹੈ ਕਿ ਅਸੀਂ ਕਿਵੇਂ ਹਿਸਾਬ ਬਰਾਬਰ ਕਰਨੇ ਹੁਣ ਇਹ ਜਿੰਨੇ ਕਰੈਕਟਰ ਚੱਲ ਰਹੇ ਨੇ ਘੁੰਮ ਰਹੇ ਨੇ ਹੁਣ ਇਹ ਦੇਖਣਾ ਹੋਏਗਾ ਵੀ ਇਹ ਅੰਡਰ ਜਿਹੜਾ ਇਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਏ ਅਕਾਉਂਟੇਬਲ ਬਣਾਇਆ ਜਾਏ ਭਾਰਤ ਤੇ ਸੈਂਕਸ਼ਨਸ ਲਾਈਆਂ ਜਾਣ ਫਿਰ ਇਹ ਨਾ ਹੋਏ ਕਿ ਵੀ ਜੇ ਇਹ ਸਿਸਟਮ ਜਿਹੜੇ ਨੇ ਸਾਨੂੰ ਡਿਸਪਾਇੰਟ ਕਰਦੇ ਨੇ ਫਿਰ ਖਾਲਸਾ ਅਦਾਲਤਾਂ ਦੇ ਕੋਡ ਜਿਹੜਾ ਉਹ ਖਾਲਸਾਈ ਪਰੰਪਰਾ ਮੁਤਾਬਕ ਐਕਟ ਕਰਨ ਤੋਂ ਬਿਨਾ ਤੇ ਉਹ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਕਿ ਭਾਈ ਉਹ ਕਿਵੇਂ ਅਸੀਂ ਜਿਹੜਾ ਇਹ ਹਿਸਾਬ ਬਰਾਬਰ ਕਰਨਾ ਸੋ ਮੈਂ ਗੱਲ ਇੱਥੇ ਹੀ ਛੱਡ ਦਿੰਦਾ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਥਲੇ ਨੇ ਬ੍ਰੇਕ ਵਿਊਰਸ ਤੁਸਨ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਇਤਫਾਤ